ਬੜੀ ਹੈਰਾਨਗੀ ਦੀ ਗੱਲ ਹੈ ਕਿ ਇੱਕ ਪਾਸੇ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਹੈ ਉਸ ਦੇ ਉੱਤੇ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕੀਤੇ ਜਾਂਦੇ ਨੇ, ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਔਰ ਟੌਰਚਰ ਕੀਤਾ ਜਾਂਦਾ ਹੈ, ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਖਾਲਿਸਤਾਨ ਦੀ ਗੱਲ ਕਰਨਾ ਜਿਹੜਾ ਹੈ ਉਹ ਅਖੰਡ ਭਾਰਤ ਨੂੰ ਖੰਡਿਤ ਕਰਨ ਦੇ ਤੌਰ ਹੈ। ਪਰ ਦੂਜੇ ਪਾਸੇ ਪੱਛਮੀ ਬੰਗਾਲ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਹਨੇ ਬੜੇ ਹਿਰਦਿਆਂ ਨੂੰ ਚੋਟ ਪਹੁੰਚਾਈ ਹੈ ਅਤੇ ਆਕਰੋਸ਼ ਦੇ ਵਿੱਚ ਆ ਕੇ ਇੱਕ BJP ਜਿਹੜਾ ਲੀਡਰ ਹੈ ਉਹ ਉਸ ਸਿੱਖ IPS ਅਫਸਰ ਨੂੰ ਜਿਹੜਾ ਹੈ ਉਹ ਖਾਲਿਸਤਾਨੀ ਕਹਿੰਦਾ ਹੈ, ਇੱਕ ਕਿਸਮ ਦਾ ਜਿਹੜਾ ਉਹਨੂੰ ਚਿੜਾਉਣ ਦਾ ਯਤਨ ਕਰਦਾ ਹੈ। ਇਹ ਬਹੁਤ ਹੀ ਮੰਦਭਾਗਾ ਜਿਹੜਾ ਵਰਤਾਰਾ ਹੈ। ਖਾਲਿਸਤਾਨੀ ਕਿਹਾ ਕੱਲ੍ਹ ਨੂੰ ਫਿਰ ਫੌਜ ਦੇ ਵਿੱਚ ਜਿਹੜੇ ਸਾਡੇ ਫੌਜੀ ਸੇਵਾਵਾਂ ਨਿਭਾ ਰਹੇ ਨੇ, ਫੌਜ ਦੇ ਵੱਡੇ ਅਫਸਰ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਨੂੰ ਖਾਲਿਸਤਾਨੀ ਕਹਿਣਗੇ। ਬੜੀ ਹੈਰਾਨਗੀ ਦੀ ਗੱਲ ਹੈ ਕਿ ਇੱਕ ਪਾਸੇ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਹੈ ਉਸ ਦੇ ਉੱਤੇ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕੀਤੇ ਜਾਂਦੇ ਨੇ, ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਔਰ ਟੌਰਚਰ ਕੀਤਾ ਜਾਂਦਾ ਹੈ, ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਖਾਲਿਸਤਾਨ ਦੀ ਗੱਲ ਕਰਨਾ ਜਿਹੜਾ ਹੈ ਉਹ ਅਖੰਡ ਭਾਰਤ ਨੂੰ ਖੰਡਿਤ ਕਰਨ ਦੇ ਤੌਲ ਹੈ। ਪਰ ਦੂਜੇ ਪਾਸੇ ਪੱਛਮੀ ਬੰਗਾਲ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਹਨੇ ਬੜੇ ਹਿਰਦਿਆਂ ਨੂੰ ਚੋਟ ਪਹੁੰਚਾਈ ਹੈ। ਇੱਕ ਸਿੱਖ IPS ਅਫਸਰ ਸਰਦਾਰ ਜਸਪ੍ਰੀਤ ਸਿੰਘ ਜੋ ਆਪਣੀ ਡਿਊਟੀ ਬੜੀ ਇਮਾਨਦਾਰੀ ਦੇ ਨਾਲ ਔਰ ਕਾਨੂੰਨ ਦੇ ਮੁਤਾਬਕ ਕਰ ਰਿਹਾ, BJP ਦੇ ਕੁਝ ਲੋਕ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ, ਅੰਦੋਲਨ ਕਰ ਰਹੇ ਨੇ, ਉਹਨਾਂ ਨੂੰ ਉਹ ਉੱਥੇ ਜਿਹੜਾ ਹੈ ਉਹ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਹੈ ਉਹ ਰੋਕ ਰਿਹਾ ਅਤੇ ਆਕਰੋਸ਼ ਦੇ ਵਿੱਚ ਆ ਕੇ ਇੱਕ BJP ਜਿਹੜਾ ਲੀਡਰ ਹੈ ਉਹ ਉਸ ਸਿੱਖ IPS ਅਫਸਰ ਨੂੰ ਜਿਹੜਾ ਹੈ ਉਹ ਖਾਲਿਸਤਾਨੀ ਕਹਿੰਦਾ ਹੈ, ਇੱਕ ਕਿਸਮ ਦਾ ਜਿਹੜਾ ਉਹਨੂੰ ਚਿੜਾਉਣ ਦਾ ਯਤਨ ਕਰਦਾ ਹੈ। ਇਹ ਬਹੁਤ ਹੀ ਮੰਦਭਾਗਾ ਜਿਹੜਾ ਵਰਤਾਰਾ ਹੈ, ਇਹ ਨਹੀਂ ਹੋਣਾ ਚਾਹੀਦਾ। BJP ਨੂੰ ਤੁਰੰਤ ਉਸ ਆਪਣੇ ਆਗੂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਔਰ ਪੱਛਮੀ ਬੰਗਾਲ ਦੀ ਜਿਹੜੀ ਸਰਕਾਰ ਹੈ, ਮਮਤਾ ਬੈਨਰਜੀ ਦੀ ਸਰਕਾਰ ਹੈ, ਉਸ ਨੂੰ ਵੀ ਜਿਹੜਾ ਹੈ BJP ਦੇ ਉਸ ਆਗੂ ਦੇ ਉੱਤੇ ਜਿਹੜਾ ਹੈ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਵੀ ਜਿਹੜਾ ਹੈ ਉਹ ਸਿੱਖ IPS ਅਫਸਰ ਜਿਹੜੇ ਨੇ ਜਾਂ IAS ਅਫਸਰ ਜਿਹੜੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਘਟੀਆ ਅਤੇ ਭੱਦੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਕੋਈ ਸੰਬੋਧਨ ਕਰਕੇ ਜਿਹੜਾ ਹੈ ਉਹ ਜਲੀਲ ਕਰਨ ਦਾ ਯਤਨ ਨਾ ਕਰੇ। ਅੱਜ ਉਸ IPS ਅਫਸਰ ਨੂੰ ਜਿਹੜਾ ਉਹ ਖਾਲਿਸਤਾਨੀ ਕਿਹਾ, ਕੱਲ੍ਹ ਨੂੰ ਫਿਰ ਫੌਜ ਦੇ ਵਿੱਚ ਜਿਹੜੇ ਸਾਡੇ ਫੌਜੀ ਸੇਵਾਵਾਂ ਨਿਭਾ ਰਹੇ ਨੇ, ਫੌਜ ਦੇ ਵੱਡੇ ਅਫਸਰ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਨੂੰ ਖਾਲਿਸਤਾਨੀ ਕਹਿਣਗੇ। ਖਾਲਿਸਤਾਨੀ ਕੋਈ ਮਾੜਾ ਸ਼ਬਦ ਨਹੀਂ ਹੈ, ਪਰ ਜਿਸ ਕਿਸਮ ਦੇ ਭੱਦੇ ਤਰੀਕੇ ਦੇ ਨਾਲ ਚਿੜਾਉਣ ਦੇ ਮਕਸਦ ਦੇ ਨਾਲ ਜਿਹੜਾ ਉਸ ਸਿੱਖ IPS ਅਫਸਰ ਨੂੰ ਜਿਹੜਾ ਖਾਲਿਸਤਾਨੀ ਕਿਹਾ ਗਿਆ ਉਹ ਬਹੁਤ ਮੰਦਭਾਗਾ, ਇਹ ਨਹੀਂ ਹੋਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।